लो जी आ गए ने चौधरी साहब ट्रांसफर लाभन वास्ते, राती 10 बजे चलाया ने ते सवेरे 10 बजे ला दिता ने कि ये आ चुके ने, हुण इन्हां नाल करने असीं दो हथ ते चंदा जमा करके लैके आए हैं। जवाई जेरे ने ਜਵਾਈ ਉਹਨਾਂ ਦੇ ਨੇ ਕੀ ਲੱਗਦੇ ਨੇ ਉਹ ਸਾਲੇ ਉਹਨਾਂ ਦੇ ਹੋਏ ਨਾ ਪਨਵਈਏ ਕੇ ਉਹ ਜਿਹੜੇ ਖਿਦਮਤ ਕਰਦੇ ਨਾ ਉਹ ਹੀ ਸਾਲਾ ਤਾਂ ਹੁਣ ਲਾ ਲਾ ਮੈਂ ਸਾਰੇ ਬੰਦੇ ਆਹ ਕਹਿਣਾ ਹੀ ਜਾ ਵੀ ਅਸੀਂ ਲਾ ਗਿਆ ਕਿਉਂ ਇਹਦੀ ਬੱਤੀ ਨਹੀਂ ਲਾਉਣੀ ਕਿ ਦਿੰਦੇ ਨਹੀਂ 5000 ਵੀ ਪਰਸੋਂ ਹੂੰ ਅੱਜ ਉਹਨਾਂ ਕਹੇ 10-10 ਹਜ਼ਾਰ ਦੇ ਉਹਨਾਂ ਅਸੀਂ ਲੈਣਾ ਹੀ ਨਹੀਂ ਅੱਛਾ ਉਹ ਬੰਦਿਆਂ ਨੇ ਉਹਨਾਂ ਪੁਲਿਸ ਵਾਲਾ ਉਹਨਾਂ ਨੂੰ ਕਾਲ ਕਰ ਦਿੱਤੀ ਨਾ ਭਾਈਜਾਨ ਆਏ ਹੋਏ ਨੇ ਟ੍ਰਾਂਸਫਰ ਨੂੰ ਚੈੱਕ ਕਰਨ ਆਏ, ਇਹਨੂੰ ਲਾ ਕੇ ਲੈ ਆਇਓ, ਕਿਸੇ ਕੰਮ ਦਾ ਨਹੀਂ ਹੈਗਾ, ਇਹਨੂੰ ਲਾ ਕੇ ਲੈ ਆਇਓ ਨਹੀਂ ਤਾਂ ਅਸੀਂ ਉੱਥੇ ਸਟਾਫ ਤੇ ਲਿਜਾ ਕੇ ਇਹਨੂੰ ਵੈਸੇ ਦੱਸਣੇ ਪੈਣਾ ਉਹਨਾਂ ਨੂੰ ਇਤਲਾਹ ਦਿੰਦੇ ਪਏ ਕਿ ਇਹਦਾ ਕੋਈ ਫਾਇਦਾ ਨਹੀਂ ਹੈਗਾ। ਹਾਂ ਇਹਨੂੰ ਲੈ ਜਾਓ ਲਾ ਕੇ, ਇਹਨੂੰ ਕਿਸੇ ਨੂੰ ਵੈਸੇ ਹੀ ਅੱਲਾ ਵਾਸ ਦੀ ਦੇ ਕਿਉਂ ਡਾਕਟਰ ਸਾਹਿਬ ਡਾਕਟਰ ਸਾਹਿਬ ਵੈਸੇ ਸਹੀ ਗੱਲ ਚੱਸ ਨਹੀਂ ਆ ਗਈ ਟ੍ਰਾਂਸਫਰਾਂ ਦੀ ਰੋਲ ਤੇ ਗਏ ਕਿਉਂ ਬਾਬਾ ਚੱਸ ਤੇ ਆ ਗਈ ਨਾ ਦਲਾਵਰ ਨੇ ਦਿੱਤੇ ਦੂਜੇ ਨੀਖ ਤੇ ਬਹੂ ਕੇ ਰਹਿੰਦੇ ਨੇ ਫਿਕੀ ਰਹਿੰਦਾ ਕੌਣ ਇਹਦੀ ਮਾਂ ਨੂੰ ਦੱਸ ਕੇ ਆਉਣਾ ਫਿਰ ਉਹਨੇ ਆਖਣਾ ਤੁਸੀਂ ਤੁਹਾਨੂੰ ਨਹੀਂ ਪਤਾ ਸਾਡੇ ਹਾਂਜੀ ਭਾਈਜਾਨ ਕਿਵੇਂ ਪਰੇਸ਼ਾਨ ਬੈਠੇ ਜੀ? ਕੋਈ ਨਹੀਂ ਗੱਲ, ਪਰੇਸ਼ਾਨ ਨਹੀਂ ਹੋਣਾ, ਟ੍ਰਾਂਸਫਰ ਲੱਗ ਗਿਆ ਦਾ ਪੈਸੇ ਇਕੱਠੇ ਕਰਨੇ ਪਏ, ਵਾਪਟਾ ਵਾਲਿਆਂ ਵਾਸਤੇ ਨੇ ਇੱਦੀ ਇਕੱਠੀ ਜਮ੍ਹਾਂ ਕਰਨੇ ਪਏ। ਅਜਾ ਹੋਏ ਵੀ ਕਰਨੇ ਯਾਰ ਸਾਨੂੰ ਇੱਕ ਵੀ ਨਹੀਂ ਵਿਖਾਈ ਵੀ ਜੀ ਬਣਾਈ।